बॉयज नाइट शो, गर्ल्स नाइट शो शुरू कर रहे हैं। आप सेकंड पार्ट ले रहे हैं। पजामा लेंथ 40 इंच, बॉटम जिन्हों मोरी कहने 15 इंच, हिप 36 इंच। जीरो तो एक पजामे की कुल लंबाई 40 इंच, जीरो तो दो आसन तक की लंबाई, हिप तो एक बटा 12, हिप तो एक बटा 3 12 इंच, जीरो तो 3 कमर तक की चौड़ाई, हिप का 1/4 जमा 2 इंच लूज, क्योंकि नाइट सूट का व्याम है थोड़ा लूज ही होएगा। 0 तो 3 अते 2 तो 4 खाना तैयार किया। 2 तो 5 सीट लाइन की चौड़ाई, छत हिप का 1/3 जमा 2 इंच, 12 इंच जमा 2 बराबर 14 इंच आएगा। इतने ये 14 इंच 2 तो 5, 1 तो 6 मोहरी, मोहरी का 1/2 यानी मोरी साढ़े को 15 इंच, 15 इंच का 7.5 आएगा 1/2। हुण आपां पिछला भाग करांगे। 5 तो 7 पिछले भाग वल वधाया, क्योंकि पिछले भाग जिहड़े लोअर पोर्शन हुंदे आ उहनूं बाहर वल वधाईदा, जिहड़े अपर पोर्शन हुंदे आ उहनूं अंदर वल घटाईदा। 5 तो 7 पजामे दे पिछले भाग दे लई वधाया 2 इंच, 6 तो 8 पौंचे विच वधाया 1.5 इंच, 7 अते 8 नूं तिरछा मिलाया, 3 तो 9 कमर वल वधाया 2 इंच, 9 तो 10 इत्थे कन्फ्यूजन हो जांदी, इस नूं थोड़ा ध्यान नाल देखो। 3 तो 9 इधर वल वधाया सी ते 9 तो 10 उपर वल वधाया 2 इंच, 2 इंच इधर वधाया, 2 इंच इधर वधाया। 1 अते 10 ਨੂੰ ਅਸੀਂ ਤਿਰਛਾ ਮਿਲਾਇਆ, 7 ਅਤੇ 9 ਨੂੰ ਹਲਕੀ ਗੁਲਾਈ ਨਾਲ ਮਿਲਾਇਆ ਹੈਗਾ। ਇਸ ਤਰ੍ਹਾਂ ਸਾਡਾ ਪਜਾਮਾ ਤਿਆਰ ਹੋ ਜਾਂਦਾ। ਇਹਦੇ ਵੀ ਤੁਸੀਂ ਜਿਪ ਵੀ ਲਗਾ ਸਕਦੇ ਹੋ, ਅਗਰ ਜੈਂਟਸ ਦਾ ਬਣਾਉਣਾ ਹੈਗਾ। ਅਗਰ ਲੇਡੀਜ਼ ਦਾ ਤਾਂ ਜਿਪ ਲਗਾਉਣ ਦੀ ਜ਼ਰੂਰਤ ਨਹੀਂ ਹੈ। ਸਾਈਡ 'ਤੇ ਤੁਸੀਂ ਪੋਕਟਸ ਲਗਾ ਸਕਦੇ ਹੋ ਇਹਦੀ ਇੱਕ, ਅਗਰ ਤੁਹਾਡੇ ਸਾਈਡ 'ਤੇ ਤਾਂ ਪੋਕਟ ਨਹੀਂ ਲਗਾਉਣੀ, ਤੁਸੀਂ ਇਸ ਤਰ੍ਹਾਂ ਆਹ ਸਾਂਝਾ ਪਾਸਾ ਰੱਖਿਆ ਹੋਇਆ ਆਪਾਂ ਇੱਥੇ, ਅਤੇ ਇਹਦੀ ਇੱਕ ਅੰਦਰਲੇ ਪਾਸੇ ਪੋਕਟ ਲੱਗ ਜਾਂਦੀ ਹੈ, ਉੱਥੇ ਤੁਸੀਂ ਆਪਣੇ ਛੋਟਾ ਮੋਟਾ ਪੈਸਾ ਕੈਸ਼ ਕੁਛ ਵੀ ਰੱਖ ਸਕਦੇ ਹੋ। ਪੋਕਟ ਲਗਾਉਣੀ ਅੱਜ ਕੱਲ੍ਹ ਬਹੁਤ ਥੋੜ੍ਹੀ ਜ਼ਰੂਰੀ ਹੋ ਗਈ ਹੈ, ਤੁਹਾਨੂੰ ਹਾਲਾਤ ਦੇ ਪਤਾ ਹੀ ਹੈ, ਕਦੇ ਵੀ ਕੁਛ ਵੀ ਹੋ ਸਕਦਾ ਹੈ। ਅਗਰ ਤੁਹਾਨੂੰ ਮੇਰੀ ਇਸੇ ਤਰ੍ਹਾਂ ਹੀ ਆਹ ਇਸ ਤਰ੍ਹਾਂ ਮੈਂ ਡਰਾਫਟਿੰਗ ਲਿਖੀ ਹੈਗੀ ਹੈ ਜੀ, ਬੋਲੋ ਅਤੇ ਇਹ ਜਿਹੜਾ ਬਾਂਹ ਦੀ ਆਪਾਂ ਡਰਾਫਟਿੰਗ ਲਿਖੀ ਹੈ, ਕਾਲਰ ਲਿਖੀ ਹੈ, ਨਾਈਟ ਸੂਟ ਅਤੇ ਪਜਾਮੇ ਦੀ ਡਰਾਫਟਿੰਗ ਲਿਖੀ ਹੈਗੀ ਹੈ। ਨਾਈਟ ਸੂਟ ਦੇ ਅਗਲੇ ਭਾਗ ਦੀ ਔਰ ਪਿਛਲੇ ਭਾਗ ਦੀ ਵੀ ਆਪਾਂ ਡਰਾਫਟਿੰਗ ਲਿਖੀ ਹੈ। ਇਸੇ ਤਰ੍ਹਾਂ ਹੀ ਡਰਾਫਟਿੰਗ ਲਿਖਣ ਦੇ ਬਹੁਤ ਸਾਰੇ ਫਾਇਦੇ ਨੇ ਜਿਹੜੇ ਆਪਾਂ ਨੂੰ ਯਾਦ ਰਹਿੰਦੇ ਨੇ। ਕੁਛ ਗੱਲਾਂ ਅਗਰ ਅਸੀਂ ਕਿਤੇ ਭੁੱਲ ਵੀ ਜਾਂਦੇ ਹਾਂ ਤਾਂ ਡਰਾਫਟਿੰਗ ਦੇ ਵਿੱਚ ਜਦੋਂ ਅਸੀਂ ਕਾਪੀ ਫੋਲ ਕੇ ਦੇਖ ਲੈਂਦੇ ਹਾਂ ਪਿੱਛੇ ਤੋਂ ਦੇਖਦੇ ਹਾਂ ਤਾਂ ਸਾਨੂੰ ਕੁਛ ਗੱਲਾਂ ਯਾਦ ਆ ਜਾਂਦੀਆਂ ਨੇ, ਯਾਨੀ ਕਾਪੀ ਸਾਡੇ ਇੱਕ ਬਹੁਤ ਮਦਦਗਾਰ ਮਦਦਗਾਰ ਸਾਬਿਤ ਹੁੰਦੀ ਹੈ। ਅਤੇ ਉਸੇ ਤਰ੍ਹਾਂ ਹੀ ਅਸੀਂ ਜਦੋਂ ਲੇਆਊਟ ਕਰਦੇ ਹਾਂ ਤਦ ਵੀ ਸਾਨੂੰ ਇਹ ਡਰਾਫਟਿੰਗ ਸਾਡੇ ਬਹੁਤ ਹੀ ਫਾਇਦੇਮੰਦ ਹੁੰਦੀ ਹੈ। ਤਾਂ ਹੀ ਕਹਿੰਦੇ ਨੇ ਇੱਕ ਸਹੀ ਨਾਪ ਦੇ ਆਧਾਰ 'ਤੇ ਸਹੀ ਖਾਕਾ ਤਿਆਰ ਹੁੰਦਾ ਹੈ, ਉਸ ਖਾਕੇ ਨੂੰ ਡਰਾਫਟ ਕਹਿੰਦੇ ਨੇ। ਡਰਾਫਟ ਦੇ ਆਧਾਰ 'ਤੇ ਸਹੀ ਪੈਟਰਨ ਤਿਆਰ ਹੁੰਦਾ ਹੈ, ਜਿਸ ਨੂੰ ਅਸੀਂ ਬਰਾਊਨ ਪੇਪਰ 'ਤੇ ਕਰਦੇ ਹਾਂ ਉਸਨੂੰ ਪੈਟਰਨ ਕਹਿੰਦੇ ਹਾਂ। ਪੈਟਰਨ ਦੇ ਆਧਾਰ 'ਤੇ ਸਹੀ ਕੱਪੜੇ 'ਤੇ ਕਟਿੰਗ ਨਿਸ਼ਾਨ ਲਗਾਉਂਦੇ ਹਾਂ, ਕਟਿੰਗ ਹੁੰਦੀ ਹੈ, ਸਹੀ ਕਟਿੰਗ ਦੇ ਆਧਾਰ 'ਤੇ ਸਹੀ ਕੱਪੜਾ ਤਿਆਰ ਹੁੰਦਾ ਹੈ। ਇਸ ਲਈ ਸਾਰੀਆਂ ਚੀਜ਼ਾਂ ਇੱਕ ਦੂਜੇ ਨਾਲ ਕੋਲਾਬਰੇਟ ਹੁੰਦੀਆਂ ਨੇ ਅਤੇ ਇਸ ਦਾ ਅਸੀਂ ਵੱਧ ਤੋਂ ਵੱਧ ਫਾਇਦਾ ਉਠਾ ਸਕਦੇ ਹਾਂ। ਥੈਂਕ ਯੂ। ਅਗਰ ਤੁਹਾਨੂੰ ਮੇਰੀ ਵੀਡੀਓ ਪਸੰਦ ਆਏ ਲਾਈਕ ਔਰ ਸਬਸਕ੍ਰਾਈਬ ਜ਼ਰੂਰ ਕਰਨਾ। ਡਿਸਕ੍ਰਿਪਸ਼ਨ ਬੋਕਸ 'ਚ ਮੇਰਾ ਫੋਨ ਨੰਬਰ ਦਿੱਤਾ ਹੈ, ਉਹ ਮੇਰਾ ਵਟਸਐਪ ਨੰਬਰ ਵੀ ਹੈ, ਤੁਸੀਂ ਮੈਨੂੰ ਉੱਥੇ ਕੰਟੈਕਟ ਕਰ ਸਕਦੇ ਹੋ। ਥੈਂਕ ਯੂ।